दीपावली की रात जहां लोग पटाखे फोड़ रहे थे और दीपावली का जश्न मना रहे थे उसी रात संगरूर के गांव खनाल कला के साधारण किसान दर्शन सिंह का बड़ा नुकसान हो गया इस संबंध में मीडिया को जानकारी देते हुए रो रो कर किसान ने बताया कि वे दीपावली की रात अपने परिवार के साथ घर के आंगन में पटाखे फोड़कर दीपावली मनाकर सो गए सोने के बाद सुबह लगभग चार बजे उसकी पत्नी ने उठकर देखा तो तूड़ी वाले कमरे में आग लगी हुई थी सारे तरफ धुआं उठ रहा था जिसके बाद उसने चिल्लाकर सबको उठाया और सभी पारिवारिक सदस्यों ने मिलकर आग पर पानी डालना शुरू किया लेकिन आग तेज होने के कारण तूड़ी वाले कमरे में खड़े ट्रैक्टर को भी आग ने अपनी चपेट में ले लिया इस दौरान उन्होंने दूसरे ट्रैक्टर की मदद से टोचन डालकर ट्रैक्टर को कमरे से बाहर निकाला और उस पर पानी डालकर आग पर काबू पाया लेकिन इस दौरान ट्रैक्टर लगभग पूरी तरह से जल राख हो गया था उन्होंने कहा कि ट्रैक्टर की तेल वाली टंकी को आग लगने से ब्लास्ट भी हुआ जिसके बाद गांव के लोग इकट्ठा भी हो गए और आग बुझाने में उनकी मदद की वहीं इस घटना की सूचना पुलिस को दे दी गई तो वहीं गांव की सरपंच गुरुशरण कौर के पति सतनाम सिंह ने कहा कि किसान का काफ़ी नुकसान हुआ है आग लगने का कारण फिलहाल पता नहीं चल पाया है उन्होंने कहा कि वे इंश्योरेंस कंपनी से अपील करते हैं कि किसान की मदद की जाए संगरूर से हलचल के लिए जसवीर मान की रिपोर्ट ਉਸਾ ਹੀ ਲੈ ਆਏ ਸੀ 13 ਤਰੀਕ ਨੂੰ ਲੈ ਕੇ ਆਏ ਸੀ ਮੈਂ 6.5 ਲੱਖ 6.55 ਲੱਖ ਦਾ ਲੈ ਆਏ ਸੀ 2 ਮਹੀਨੇ ਹੋਏ ਨੇ 13 ਤਰੀਕ ਨੂੰ ਅੱਗ ਲੱਗੀ ਉਹਨੇ ਲੈ ਕੇ ਆਏ ਸੀ 2 ਮਹੀਨੇ ਹੋਏ ਨੇ ਇਹਨੂੰ ਲੈੰਦੇ ਨੂੰ ਕਿੰਨਾ ਕੁ ਵੱਜੇ ਹੋਰ ਨੁਕਸਾਨ ਕਿੰਨਾ ਹੋਰ ਜਨਰੇਟਰ ਦਾ ਜੀ ਮਤਲਬ ਤੂੜੀ-ਤਾੜੀ ਦਾ ਕਾਫੀ ਰਹੇਗਾ ਕਾਫੀ ਨੁਕਸਾਨ ਹੋਣਾ ਜੀ ਤੇ ਇਹ ਬਜੀ ਕਾਰਨ ਦਾ ਪਤਾ ਲੱਗਿਆ ਕਾਰਨ ਦਾ ਕੁਝ ਨਹੀਂ ਕਿਸੇ ਅਸੀਂ ਦੇਖੇ ਹੀ ਸਵੇਰੇ ਆਏ ਹਾਂ ਮਤਲਬ ਉਹਦੀ ਗਿਆਂ ਜਰੂਰ ਨਾਲ-ਨਾਲ ਅਸੀਂ ਫੇਟੋ ਜਨ ਪਾ ਕੇ ਬਾਹਰ ਕੱਢਿਆ ਇੱਥੇ ਆ ਕੇ ਅੱਗ ਬਜਾਈਏ ਪਾਪਾ ਜੀ ਉੱਠ ਖੜੇ ਸੀ ਚਾਰੇ ਸੀ ਮਤਲਬ ਉਸ ਤੋਂ ਬਾਅਦ ਚਲ ਕਾਲ ਕੀਤੀ ਮੇਰਾ ਫੋਨ ਵੀ ਨਹੀਂ ਹੋਇਆ ਕਿਸੇ ਨੂੰ ਮਤਲਬ ਇਹਨ ਮੇਰੀ ਘਰ ਵਾਲੀ ਨੇ ਫੋਨ ਕੀਤਾ ਜਾਂ ਛੋਟੇ ਭਾਈ ਨੇ ਇਹ ਨਹੀਂ ਕੀਤਾ ਖੜਾਇਆ ਸੀ ਜੇ ਪਹਿਲਾਂ ਤੋਂ ਹੀ ਅੰਦਰ ਪਹਿਲਾਂ ਹੀ ਅੰਦਰ ਖੜਦਾ ਹੀ ਉੱਥੇ ਖੜਾਉਂਦਾ ਹੋ ਗਿਆ ਦੋ ਜਿੱਦੇ ਨਾਲ ਲਿਆਂਦਾ ਪਹਿਲਾ ਸੋਨਾ ਵਾਲੀ ਕਸੀ ਮੇਰੇ ਕੋਲ ਉਹ ਵੀ ਮੈਂ ਉੱਥੇ ਖੜਾਉਂਦਾ ਸੀ ਅੰਦਰ ਇੱਥੇ ਬਾਹਰ ਹੋ ਸੀ ਕਿਹੜਾ ਡਾਇਰੈਕਟਰ ਸੀਗਾ ਬਾਈ ਜੀ ਸੋ ਇਹ ਜੌਂਡੀਅਰ 5210 ਬਈ ਨਵਾਂ ਟਰੈਕਟਰ ਵੀ ਹਾਂ ਹਾਂ ਵੀ ਵੀ ਮਾਡਲ ਆ 21 ਦੀ ਕਾਪੀ ਆ ਪਸ਼ੂਆਂ ਨੂੰ ਨੁਕਸਾਨ ਵੀਰੇ ਬਚ ਤਾ ਪਸ਼ੂ ਸਾਈਡ ਸੇ ਪਸ਼ੂ ਕਰਕੇ ਸਾਨੂੰ ਪਤਾ ਲੱਗਿਆ ਨਹੀਂ ਹੋ ਸਕਦਾ ਇਦੋਂ ਵੱਧ ਨੁਕਸਾਨ ਹੁੰਦਾ ਕਿ ਬਾਕੀ ਹੋਰ ਲੋਕਾਂ ਨੇ ਵੀ ਸਾਥ ਦਿੱਤਾ ਹਾਂ ਸੋ ਸਾਥ ਵੀਰੇ ਜਿਹਨੂੰ ਪਤਾ ਲੱਗੀ ਗਿਆ ਕੋਈ ਭਜੋਦਾ ਸਾਰੇ ਐਨੀ ਮਤਲਬ ਆਣ ਗਵਾਨ ਮੇਰਾ ਸਾਰਾ ਮਤਲਬ ਪਾਣੀ ਦੇ ਉਸਦਾਰ ਫਾਇਰ ਬ੍ਰਿਗੇਡ ਵਾਲੀ ਨੂੰ ਫੋਨ ਕੀਤਾ ਉਹ ਵੀ ਪਹੁੰਚ ਗਏ ਅੱਗ ਮਤਲਬ ਟੂੜੀ ਵਾਲੀ ਅੱਗ ਉਹਨਾਂ ਨੇ ਬੁਝਾਈ ਅਸੀਂ ਟਰੈਕਟਰ ਦੀ ਪਹਿਲਾਂ ਨਾਲ ਮੇਰੇ ਭਾਈ ਭੈਣ ਪਾਈਆਂ ਲੱਗ ਕੇ ਮੇਰੇ ਪਾਪਾ ਜੀ ਨਾਲ ਅਸੀਂ ਇਹ ਕਵਰ ਕਰ ਲਿਆ ਸੀ ਕਿ ਮੈਂ ਜੌਂਡੀਰ ਲੈਣ ਚੌਂਡੀਰ ਉਹ ਵੀ ਚਾਹੇ ਕੁਸ ਕਿਸ ਤੋਂ ਫੜਿਆ ਗਿਆ ਸਭ ਕੁਝ ਕਰਿਆ ਇਹਦੇ ਵਾਸਤੇ ਲੈ ਆਇਸੀ ਸਰ ਜਿਹੜੀ ਸਾਡੀ ਕਿਸਾਨੀ ਆ ਉਹ ਸਭ ਤੋਂ ਪਹਿਲਾਂ ਸਾਰੀ ਟਰੈਕਟਰ ਨਾਲ ਜੁੜੀ ਹੋਈ ਹੈ ਟਰੈਕਟਰਾਂ ਤੋਂ ਸਾਡੇ ਪਰਿਵਾਰ ਸ਼ੁਰੂ ਹੁੰਦੇ ਆ ਇਹਨਾਂ ਨੇ ਕੋਈ ਵੀ ਕਿਸਾਨ ਹੈ ਜਦੋਂ ਇਹ ਕੋਈ ਟਰੈਕਟਰ ਲੈਂਦਾ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਵੀ ਅਸੀਂ ਬੜੇ ਔਖੇ ਹੋ ਕੇ ਟਰੈਕਟਰ ਲਈਦਾ ਹਰੇਕ ਕਿਸਾਨ ਵਾਸਤੇ ਜੋ ਭੀੜ ਸਾਡੇ ਭਰਾ ਤੇ ਇਹਨਾਂ ਤੇ ਪਈਆ ਜੋ ਨੁਕਸਾਨ ਹੋਇਆ ਉਹ ਸਾਰੇ ਪਿੰਡ ਨੂੰ ਅਫਸੋਸ ਹੈ ਬਹੁਤ ਹੀ ਜ਼ਿਆਦਾ ਜਾਨੀ ਕਿ ਉਸ ਟਾਈਮ ਮੈਂ ਵੀ ਪਹੁੰਚਿਆ ਸੀਗਾ ਵੀ ਕੱਲਾ ਕੱਲਾ ਪਿੰਡ ਦਾ ਜੀ ਵੀ ਇੱਥੇ ਆ ਕੇ ਗਿਆ ਹੈ ਹਰੇਕ ਦਾ ਮਨ ਦੁਖੀ ਹੁੰਦਾ ਹੈ ਜਿਹੜਾ ਇਸ ਤਰ੍ਹਾਂ ਦਾ ਐਕਸੀਡੈਂਟ ਹੁੰਦਾ ਹੈ ਇਹ ਇੱਕ ਜਦੋਂ ਐ ਨਾਲੋ ਵੀ ਇੱਕ ਟਰੈਕਟਰ ਗੱਡੀਆਂ ਗੁੱਡੀਆਂ ਆਪਾਂ ਸੁਣਦੇ ਐਕਸੀਡੈਂਟ ਹੋ ਜਾਂਦੇ ਆ ਕੋਈ ਐਡੀ ਨਹੀਂ ਹੁੰਦਾ ਟਰੈਕਟਰ ਜੀ ਵੀ ਸਾਡਾ ਕਿਸਾਨਾਂ ਦਾ ਇਹ ਤੋਰ ਦੀ ਤੋੜੇ ਹੀ ਸਾਨੂੰ ਇੱਥੋਂ ਤੋੜਦਾ ਹੈ ਕਿਸਾਨਾਂ ਦਾ ਇਹ ਜੀਵ ਹੈ ਪਰੰਤੂ ਜੋ ਭਰਾ ਨਾਲ ਸਾਡੇ ਨਾਲ ਹੋਇਆ ਬਹੁਤ ਹੀ ਮਦਭਾਗੀ ਘਟਨਾ ਹੋਈ ਹੈ ਬਹੁਤ ਮਾੜਾ ਪਿੰਡ ਵਾਸਤੇ ਅਫਸੋਸ ਦੀ ਬੜੀ ਅਸੀਂ ਇੰਨਾਂ ਦੇ ਚਲੋ ਦੁੱਖ ਚ ਵੀ ਖੜੇ ਆ ਅਸੀਂ